ਮੈਂ ਅੱਜ ਵੀ ਸਵੇਰ ਦਾ ਖਬਰਾਂ ਸੁਣ ਰਿਹਾ ਸੀ ਤੇ ਪਿਛਲੇ 3 ਦਿਨਾਂ 'ਚ ਸਾਡੇ ਪਵਿੱਤਰ ਗੁਰੂ ਸਾਹਿਬ ਦੀ ਨਗਰੀ ਦਰਬਾਰ ਸਾਹਿਬ ਦੇ ਵਿੱਚ 3 ਬਲਾਸਟ ਅੱਜ ਇੱਕ ਸਵੇਰੇ ਜਿਹੜਾ ਤਕਰੀਬਨ 12 ਵਜੇ ਤੋਂ ਬਾਅਦ ਤੜਕਸਾਰ ਜਿਹੜਾ ਸਵੇਰੇ ਬਲਾਸਟ ਹੋਇਆ ਅਤੇ ਮੈਂ ਇਹ ਗੱਲ ਸੋਚ ਰਿਹਾ ਸੀ ਬੜੇ ਗੰਭੀਰਤਾ ਨਾਲ ਵੀ ਇਹ ਕਾਰਨ ਕੀ ਅੱਜ ਸਿੱਖ ਨੌਜਵਾਨ ਉਹਦੇ ਵਿੱਚ ਨਜ਼ਰ ਆ ਰਹੇ ਆ ਫੜਾ ਫੜਾਈ ਦੇ ਵਿੱਚ ਇਹ ਕਿਉਂ ਵੀ ਦਰਬਾਰ ਸਾਹਿਬ ਦੇ ਨੇੜੇ ਤਾਂ ਕਦੇ ਵੀ ਪਿਛਲੇ 30 ਸਾਲਾਂ 'ਚ ਜਾਂ ਉਦੋਂ ਵੀ ਵੱਧ ਕਦੇ ਕਿਸੇ ਨੇ ਕੋਈ ਐਸੀ ਗੱਲ ਨਹੀਂ ਪਰ ਮੈਂ ਡੂੰਘਾਈ ਨਾਲ ਗੱਲ ਸੋਚਦੇ ਹੋਏ ਵੀ ਜਦੋਂ ਅੱਜ ਐਸ ਜੀ ਪੀ ਸੀ ਦੇ ਪ੍ਰਧਾਨ ਇਹ ਨਹੀਂ ਮੈਂ ਕੋਈ ਆਰੋਪ ਲਾਉਣ ਵਾਲੀ ਗੱਲ ਅੱਜ ਜਦੋਂ ਐਸ ਜੀ ਪੀ ਦੇ ਪ੍ਰਧਾਨ ਬੋਲ ਰਹੇ ਸੀ ਅੱਜ ਉਹਨਾਂ ਨੂੰ ਇਹ ਵੀ ਨਾਲ ਸੋਚਣਾ ਚਾਹੀਦਾ ਸੀ ਵੀ ਇਹ ਜਿਹੜੇ ਲੋਕ ਨੇ ਇਹ ਕੌਣ ਨੇ ਵੱਡੀਆਂ ਗੱਲਾਂ ਬਾਅਦ 'ਚ ਪਤਾ ਲੱਗੇਗਾ ਡੂੰਘਾਈ ਨਾਲ ਪਰ ਜਦੋਂ ਤੁਸੀਂ ਜਿਹਨਾਂ ਨੂੰ ਤੁਸੀਂ ਸਭ ਤੋਂ ਵੱਡੇ ਕਾਤਲ ਨੇ ਜਿਹੜੇ ਉਹਨਾਂ ਨੂੰ ਛੁਡਾਉਣ ਲਈ ਦਸਤਖਤ ਮੁਹਿੰਮ ਛੇੜਦੇ ਹੋ ਜਦੋਂ ਤੁਸੀਂ ਉਹਨਾਂ ਨੂੰ ਛੁਡਾਉਣ ਲਈ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਹੋ ਵਕੀਲ ਕਰਦੇ ਹੋ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ ਤੁਸੀਂ ਨਾ ਉਹਨਾਂ ਨੂੰ ਬੰਦੀ ਸਿੱਖਾਂ ਦਾ ਦਿੱਤਾ ਬੰਦੀ ਸਿੱਖ ਨਹੀਂ ਹੈ ਉਹ ਮੇਰੀ ਗੱਲ ਬਿਲਕੁਲ ਬਾਹਰ ਕੱਢ ਦਿਓ ਇਹਦੇ ਨਾਲ ਜਿਹੜੇ ਸਾਡੇ ਕੇਸ ਵਾਲੇ ਆ ਪਰ ਬਾਕੀ ਵੀ ਜਿਹੜੇ ਨੇ ਉਹਨਾਂ ਨੇ ਸੈਂਕੜੇ ਨੌਜਵਾਨ ਬੱਚਿਆਂ ਦਾ ਉਹਨਾਂ ਨੇ ਥੀਏਟਰਾਂ 'ਚ ਬੰਬ ਬਲਾਸਟ ਕੀਤੇ ਆ ਉਹਨਾਂ ਨੇ ਟ੍ਰੇਨਾਂ 'ਚ ਬੰਬ ਬਲਾਸਟ ਕੀਤੇ ਆ ਉਹ ਛੁੱਟ ਜਾਣ ਕਾਨੂੰਨੀ ਤੌਰ 'ਤੇ ਉਹ ਕੋਈ ਨਹੀਂ ਪਰ ਜਦੋਂ ਤੁਸੀਂ ਉਹਨਾਂ ਨੂੰ ਛੁਡਾਉਣ ਦੀ ਗੱਲ ਕਰਦੇ ਹੋ ਤਾਂ ਇੱਕ ਨੌਜਵਾਨ ਨੇ ਜਿਹੜੇ ਥੋੜ੍ਹੇ ਰੈਡੀਕਲ ਨੇ ਜਾਂ ਰੈਡੀਕਲਾਈਜੇਸ਼ਨ ਹੋਈ ਆ ਉਹ ਇੱਕਦਮ ਸੋਚਦੇ ਆ ਵੀ ਸਭ ਤੋਂ ਵੱਡੀ ਜਿਹੜੀ ਐਸ ਜੀ ਪੀ ਸੀ ਸਾਡੀ ਸੰਸਥਾ ਹੈ ਉਹਦੇ ਲੋਕ ਨੇ ਜਦੋਂ ਉਹ ਐਡੀ ਸ਼ਾਬਾਸ਼ ਦੇ ਰਹੇ ਇਹਨਾਂ ਨੂੰ ਇਹਨਾਂ ਦੀਆਂ ਫੋਟੋਆਂ ਤਸਵੀਰਾਂ ਦਰਬਾਰ ਸਾਹਿਬ ਦੇ ਨਾਲ ਜਿਹੜਾ ਅਜਾਇਬ ਘਰ ਉਹ ਚਲਾ ਰਹੇ ਹਾਂ ਅਤੇ ਆਪਾਂ ਕਿਉਂ ਨਾ ਕਰੀਏ ਕੰਮ ਅਤੇ ਉਹ ਉਸੇ ਸੋਚ ਨੂੰ ਲੈ ਕੇ ਉਹ ਅੱਜ ਦਰਬਾਰ ਸਾਹਿਬ ਦੇ ਚਾਹੇ ਗਲਿਆਰੇ 'ਚ ਆ ਚਾਹੇ ਕਿਤੇ ਹੋਰ ਆ ਉਹ ਬੰਬ ਬਲਾਸਟ ਕਰਨ ਲੱਗ ਗਏ ਅੱਜ ਦੇਖੋ ਉਹ ਸਿੱਖ ਸੰਗਤ ਉਹ ਗੁਰੂ ਦੇ ਲੜਨ ਲੱਗਣ ਆਈ ਆਰਾਮ ਨਾਲ ਸੁੱਤੇ ਪਏ ਨੇ ਸੰਗਤ ਆਰਾਮ ਕਰ ਰਹੀ ਆ ਕੋਈ ਪਾਠ ਕਰ ਰਹੀ ਆ ਅਤੇ ਉਹਦੇ ਵਿੱਚ ਉਹ ਉੱਥੇ ਬਲਾਸਟ ਕਰਦੇ ਫਿਰ ਰਹੇ ਮੈਂ ਇਹੀ ਹੱਥ ਜੋੜ ਕੇ ਕਹਿਣਾ ਚਾਹੁੰਦਾ ਵੀ ਤੁਸੀਂ ਉਹਨਾਂ ਨੂੰ ਇੰਨਾ ਉਹਨਾਂ ਨੂੰ ਉਹਨਾਂ ਦੀ ਉਹਨਾਂ ਨੂੰ ਮਤਲਬ ਇੰਨਾ ਉਹਨਾਂ ਨੂੰ ਉੱਤੇ ਜਗ੍ਹਾ ਦੇ ਤੀ ਉਹਨਾਂ ਨੂੰ ਗਲੋਰੀਫਾਈ ਕੀਤਾ ਹੈ ਵੀ ਸ਼ਾਇਦ ਸਿੱਖ ਹੁੰਦੇ ਹੀ ਇਹ ਨੇ ਇਹਨਾਂ ਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਹੋਇਆ ਜੀ 'ਚ ਰਾਜਵਾਣਾ ਹੈ ਜੀ 'ਚ ਕੋਈ ਹੋਰ ਨਾਂ ਜਿਹਦੇ ਵੀ ਨੇ ਹਵਾਰਾ ਹੈ ਤਾਰਾ ਹੈ ਹੋਰ ਪਤਾ ਨਹੀਂ ਕਿੰਨੇ ਕਿੰਨੇ ਨੇ ਜਦੋਂ ਤੁਸੀਂ ਇਹ ਇੰਨਾ ਕੁਛ ਕਰਤਾ ਵੀ ਸਿੱਖ ਤਾਂ ਸ਼ਾਇਦ ਇਹੀ ਕੰਮ ਨੂੰ ਬਣੇ ਹੋਏ ਨੇ ਇਹ ਨਹੀਂ ਦੱਸਣਾ ਵੀ ਸਾਡੇ ਸਭ ਤੋਂ ਵੱਡੇ ਜਿਹੜੇ ਵਰਲਡ ਬੈਂਕ ਦੇ ਸਿੱਖ ਬਣ ਗਏ ਆ ਅੱਜ ਸਾਡੇ ਕਿੱਥੇ ਕਿੱਥੇ ਸਰਦਾਰ ਸਿੱਖ ਪੱਗ ਵਾਲੇ ਬੈਠੇ ਨਹੀਂ ਅੱਜ ਉਹ ਲੋਕ ਜਦੋਂ ਅੱਜ ਤੁਹਾਡੇ ਦਫ਼ਤਰ 'ਚ ਜਾਂ ਤੁਹਾਡੇ ਘਰ 'ਚ ਵੜ ਕੇ ਅੱਜ ਉੱਥੇ ਬਲਾਸਟ ਕਰਨ ਲੱਗ ਗਏ ਅੱਜ ਤੁਸੀਂ ਡਰ ਗਏ ਅੱਜ ਤੁਸੀਂ ਪ੍ਰੈਸ ਕਾਨਫਰੰਸ ਅੱਜ ਤੁਸੀਂ ਫੜਨ ਲੱਗ ਗਏ ਉਹਨਾਂ ਨੂੰ ਫੜਾ ਕੇ ਪੁਲਿਸ ਦੇ ਹਵਾਲੇ ਕਰਨ ਲੱਗ ਗਏ ਇਹ ਵੀ ਸਿੱਖ ਸੀ ਫਿਰ ਇਹ ਵੀ ਉਹੀ ਕੰਮ ਕਰ ਰਹੇ ਸੀ ਜਿਹੜੇ ਬਾਕੀ ਜਿਹਨਾਂ ਨੂੰ ਬੰਦੀ ਸਿੱਖ ਕਹਿ ਰਹੇ ਹੋ ਉਹਨਾਂ ਨੇ ਵੀ ਐਂ ਬੰਦੇ ਮਾਰੇ ਹੋਏ ਨੇ ਸਿੱਖਾਂ ਨੂੰ ਮਾਰਿਆ ਹੋਇਆ ਉਹਨਾਂ ਨੇ ਅੱਜ ਅੰਤਰ ਕਿਉਂ ਇਹਨਾਂ ਨੂੰ ਵੀ ਅਜਾਇਬ ਘਰ 'ਚ ਫੋਟੋ ਲਾ ਦਿਓ ਇਹਨਾਂ ਦੀ ਫੜ ਕੇ
ਇਹਨਾਂ ਨੂੰ ਵੀ ਬੰਦੀ ਸਿੱਖ ਕਹੋ, ਇਹਨਾਂ ਨੂੰ ਕਿਉਂ ਤੁਸੀਂ ਪੁਲਿਸ ਦੇ ਹਵਾਲੇ ਕੀਤਾ? ਇਹ ਵੀ ਉਹੀ ਕੁਛ ਕਰ ਰਹੇ ਆ, ਬੰਬ ਬਲਾਸਟ ਕਰ ਰਹੇ ਸੀ। ਪਰ ਬੰਬ ਬਲਾਸਟ ਇਹ ਕਰ ਰਹੇ ਸੀ ਤੁਹਾਡੇ ਤੁਹਾਡੇ ਆਪਦੇ ਘਰ 'ਚ, ਤੁਹਾਡੇ ਆਪਦੇ ਦਫ਼ਤਰਾਂ ਨੇੜੇ ਤਾਂ ਤੁਹਾਨੂੰ ਲੱਗਿਆ, ਬਾਕੀਆਂ ਦੇ ਜਿਨ੍ਹਾਂ ਨੇ ਮਾਰੇ ਨੇ ਉਹਨਾਂ ਨੇ, ਉਹਨਾਂ ਦਾ ਦਰਦ ਨਹੀਂ ਤੁਹਾਨੂੰ ਕਦੇ ਆਉਂਦਾ? ਜਿਹੜੇ ਬਾਕੀਆਂ ਦੇ ਚੀਥੜੇ ਅੱਜ ਅੜਾ ਕੇ ਉਹਨਾਂ ਦੀਆਂ ਮਾਵਾਂ ਭੈਣਾਂ ਉਹਨਾਂ ਦੇ ਬੱਚੇ ਤੜਫਦੇ ਆ, ਉਹਨਾਂ ਬਾਰੇ ਤੁਹਾਨੂੰ ਦਰਦ ਨਹੀਂ? ਸਭ ਤੋਂ ਵੱਡਾ ਟੈਰਰ ਸੀ ਜਿਹੜਾ ਉਹਨਾਂ ਦਾ ਪੰਜਵੜ ਜਿਹੜਾ ਮਾਰਿਆ ਗਿਆ ਪਾਕਿਸਤਾਨ 'ਚ, ਗੋਲੀ ਦਾ ਅੰਤ ਗੋਲੀ ਦਾ ਹੀ ਹੋਣਾ ਹੈ। ਉਹ ਕਿੰਨਾ ਲੋਕ ਨੇ ਟ੍ਰੇਨ ਕਰ ਕਰ ਉੱਥੋਂ ਭੇਜੇ, ਸੈਂਕੜੇ ਹੋਏ, ਅਤੇ ਅਖੀਰ ਅੱਜ ਮਾਰਤਾ ਜਦੋਂ ਕਿਸੇ ਕੰਮ ਦਾ ਮਰਿਆ। ਅਤੇ ਤੁਸੀਂ, ਮੇਰੀ ਬੇਨਤੀ ਹੈ ਐਸ ਜੀ ਪੀ ਦੇ ਪ੍ਰਧਾਨ ਸਾਹਿਬ, ਤੁਸੀਂ ਇਹ ਜਾਂ ਜਿੰਨੇ ਵੀ ਹੋਰ ਸੰਸਥਾਵਾਂ 'ਚ ਬੈਠੇ ਆ, ਇਹ ਚਾਹੇ ਅਕਾਲੀ ਦਲ ਵਾਲੀ ਗੱਲ ਮੈਂ ਕਰਾਂ, ਅੱਜ ਜਦੋਂ ਤੁਸੀਂ ਇਹ ਦੇਖਿਆ ਵੀ ਰੋਜ਼ ਉਰੇ ਬਲਾਸਟ ਹੋ ਰਹੇ ਆ, ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ, ਤੁਸੀਂ ਅੰਤਰ ਕੱਢੋ, ਅੰਤਰ ਦੇਖੋ। ਇਹੀ ਲੋਕ ਨੇ ਸੇਮ ਜਿਨ੍ਹਾਂ ਨੇ ਲੋਕਾਂ ਦੇ ਘਰ ਉਜਾੜੇ ਨੇ, 35,000 ਲੋਕਾਂ ਨੂੰ ਪੰਜਾਬ ਦੇ ਨੇ ਮਾਰਿਆ, ਅੱਜ ਉਹਨਾਂ ਦੇ ਚਿਹਰੇ ਨੰਗੇ ਹੋ ਗਏ, ਟੀਵੀ ਗੁਰਦੁਆਰਾ ਸਾਹਿਬ ਸਰਾਜ 'ਚ ਉਹਨਾਂ ਦੀਆਂ ਫੋਟੋਆਂ ਆ ਗਈਆਂ, ਅਤੇ ਅੱਜ ਫੜਾਇਆ ਕਿਹਨੇ? ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਰਮਚਾਰੀ ਨੇ, ਟਾਸਕ ਫੋਰਸ ਦੇ ਕਰਮਚਾਰੀ ਨੇ। ਕਿਉਂ? ਕਿਉਂਕਿ ਅੱਜ ਆਪ 'ਤੇ ਪੈ ਗਈ, ਅੱਜ ਬੰਬ ਇਹਨਾਂ ਦੇ ਘਰਾਂ ਦੇ ਨੇੜੇ ਚੱਲਣ ਲੱਗ ਗਏ। ਇਹ ਹੋ ਗਈ, ਜਦੋਂ ਕਿਸੇ ਦੇ ਘਰ 'ਚ ਅੱਗ ਲਾਉਂਗੇ, ਤੁਹਾਡੇ ਘਰ 'ਚ ਵੀ ਅੱਗ ਲੱਗੇਗੀ, ਲੱਗੇਗੀ ਇੱਕ ਦਿਨ। ਇਸ ਕਰਕੇ ਤੁਸੀਂ, ਮੈਂ ਅੱਜ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ, ਜਿਹੜੇ ਇਹਨਾਂ ਦਾ ਸਾਥ ਦਿੰਦੇ ਆ, ਜਿਹੜੇ ਇਹ ਖਤਰਨਾਕ ਟੈਰਰਿਸਟਾਂ ਨੂੰ ਛੁਡਾਉਣ ਦੀਆਂ ਗੱਲਾਂ 2-2 ਕਰੋੜ 5-5 ਕਰੋੜ ਵਕੀਲਾਂ ਨੂੰ ਦਿੰਦੇ ਆ, ਅੱਜ ਲੱਗਿਆ ਨਾ ਪਤਾ। ਅੱਜ ਜਾਂ ਤਾਂ ਫਿਰ ਇਹਨਾਂ ਨੂੰ ਵੀ ਕਹੋ ਵੀ ਇਹ ਵੀ ਇਹ ਤਾਂ ਦੇਸ਼ ਭਗਤ ਨੇ ਜੀ, ਜਾਂ ਛੁਡਾਉਣ ਚਲੇ ਜਾਓ ਇਹਨਾਂ ਨੂੰ, ਹੁਣ ਇਹ ਤਾਂ ਬੰਦੀ ਸਿੱਖ ਨੇ ਜੀ। ਇਹ ਤਾਂ ਇਹ ਕਹਿ ਦਿਓ ਵੀ ਉਰੇ ਆਜ਼ਾਦੀ ਨਹੀਂ ਗੀ ਜੀ, ਉਰੇ ਤਾਂ ਅਸੀਂ ਗੁਲਾਮ ਆ, ਤਾਂ ਇਹ ਕਰ ਰਹੇ। ਅੱਜ ਕਿਉਂ ਫੜਾਇਆ ਤੁਸੀਂ ਉਹਨਾਂ ਨੂੰ? ਮੈਂ ਪੁੱਛਣਾ ਚਾਹੁੰਦਾ, ਜਿਹੜੇ ਸਵਾਲ ਕਰਦੇ ਆ ਉਹ ਜਵਾਬ ਦੇ ਦੇਣ ਇਸ ਗੱਲ ਦਾ ਵੀ ਇਹ ਦੋਨਾਂ 'ਚ ਅੰਤਰ ਕੀ, ਫਰਕ ਕੀ ਆ? ਉਹ ਤਾਂ ਝੂਠ ਬੋਲਦਾ ਵੀ ਸਜ਼ਾ ਪੂਰੀਆਂ ਹੋ ਗਈਆਂ, ਤੁਸੀਂ ਕੌਣ ਹੁੰਦੇ ਹੋ ਸਜ਼ਾ ਪੂਰੀ? ਸਜ਼ਾ ਪੂਰੀ ਹੋਊਗੀ ਤਾਂ ਕੋਰਟ ਛੱਡੂਗਾ, ਅੱਜ ਇੱਕ ਦੀ ਬੇਲ ਹੋਗੀ, ਹੋਰਾਂ ਦੀ ਵੀ ਬੇਲ ਹੋ ਜਾਣੀ, ਕਾਨੂੰਨ ਕਰੇਗਾ ਉਹਨੂੰ, ਕੋਈ ਚੈਲੇਂਜ ਨਹੀਂ ਕਰ ਸਕਦਾ। ਤਾਂ ਤੁਸੀਂ ਅੱਜ ਦੱਸੋ ਵੀ ਇਹ 3 ਬਲਾਸਟ, ਬੰਬ ਬਲਾਸਟ, ਇਹ ਜ਼ਿੰਮੇਵਾਰੀ ਤੁਹਾਡੀ ਆ? ਕਿਉਂਕਿ ਅਗਲੇ ਨੇ ਸੋਚਿਆ ਵੀ ਐਸ ਜੀ ਪੀ ਸੀ ਪ੍ਰਧਾਨ ਜਾਂ ਇਹ ਪ੍ਰਬੰਧਕ ਕਮੇਟੀ ਵਾਲੇ ਗੁਰਦੁਆਰਾ ਸਾਹਿਬ ਵਾਲੇ, ਇਹ ਤਾਂ ਸ਼ੈਲਟਰ ਦਿੰਦੇ ਆ, ਅਤੇ ਕਿਉਂ ਨਾ ਇਹਨਾਂ ਦੇ ਕੋਲ ਜਾ ਕੇ ਬਲਾਸਟ ਕਰੀਏ, ਉੱਥੇ ਬੰਬ ਬਲਾਸਟ ਕਰਾਂਗੇ, ਉੱਥੇ ਹੀ ਰੁਕ ਜਾਂਗੇ ਇਹਨਾਂ ਕੋਲ। ਕਿਉਂਕਿ ਉਹਨਾਂ ਨੂੰ ਇੱਕ ਨਵਾਂ ਮੁੰਡਾ ਜੇ ਯੰਗ ਯੂਥ ਆ, ਉਹਦੇ ਮਨ 'ਚ ਤਾਂ ਇਹ ਆਉਂਦਾ ਨਾ ਵੀ ਗਲੋਰੀਫਿਕੇਸ਼ਨ ਹੋਊਗੀ ਸਾਨੂੰ, ਵੀ ਗਲੋਰੀਫਿਕੇਸ਼ਨ ਹੋਊਗੀ ਸਾਨੂੰ, ਕਿੱਡੇ ਵੱਡੇ ਅਜਾਇਬ ਘਰ ਸਾਡੀਆਂ ਫੋਟੋਆਂ ਲੱਗਣਗੀਆਂ, ਅਤੇ ਅਸੀਂ ਇਹ ਕੰਮ ਕਰੀਏ। ਤੁਸੀਂ ਉਹ ਇਹਦੇ ਜ਼ਿੰਮੇਵਾਰੀ ਲਓ ਨਾ ਫਿਰ, ਵੀ ਅੱਜ ਇਹਦੇ ਜ਼ਿੰਮੇਵਾਰ ਤੁਸੀਂ ਹੋ, ਤੁਸੀਂ ਇਹ ਪੜ੍ਹਾ ਕੇ ਚੰਗੀ ਤਰ੍ਹਾਂ ਨਵੀਂ ਪੀੜ੍ਹੀ ਨੂੰ ਇੱਧਰ ਲਾ ਰਹੇ ਹੋ ਵੀ ਤੁਹਾਡੇ ਖੇਤਰ ਸਾਰੇ ਪੰਜਾਬ 'ਚ ਅਸੀਂ ਸਾਈਨ ਕਰਾਵਾਂਗੇ, ਹਰ ਜਗ੍ਹਾ ਪ੍ਰੈਸ ਕਾਨਫਰੰਸ ਕਰਾਂਗੇ, ਤੁਹਾਨੂੰ ਵੱਡਾ ਵੱਡਾ ਨਾਂ ਦੇਵਾਂਗੇ। ਨਾ ਕਰੋ ਇਹ ਕੰਮ। ਆਪਣੇ ਪੁੱਤ, ਆਪਣੀ ਧੀ ਨੂੰ ਕਿਸੇ ਨੇ ਬਣਾਇਆ ਬੰਬ ਚਲਾਉਣ ਲਈ ਅੱਤਵਾਦੀ ਬਣਾਇਆ? ਕਿਸੇ ਦਾ ਹੈ ਬੰਦੀ ਸਿੱਖ? ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ, ਤੁਹਾਡੇ ਪਰਿਵਾਰ 'ਚੋਂ ਕਿਉਂ ਨਾ ਬਣਿਆ ਕੋਈ ਬੰਦੀ ਸਿੱਖ? ਤੁਹਾਡੇ ਪਰਿਵਾਰ 'ਚੋਂ ਕਿਉਂ ਨਹੀਂ ਗਾ ਕੋਈ ਜੇਲ੍ਹ 'ਚ? ਨਾ ਸਾਬਾਕੀਆਂ ਦੇ ਬੱਚਿਆਂ ਨੂੰ ਇਹ ਕੰਮ, ਇਹ ਪਿੱਛੇ ਲਾਓ, ਮਾਤਮ ਰਾਉਣ ਵਾਲੇ ਕੰਮ ਪਿੱਛੇ ਨਾ ਕਰੋ। ਇਹ ਨਹੀਂ ਵੀ ਮੈਂ ਇਹ ਗੱਲ ਕਰਦਾ, ਮੈਂ ਇੱਕ ਕੋਮਨ ਗੱਲ ਕਰ ਰਿਹਾ ਵੀ ਅੱਜ ਤੁਸੀਂ ਪੁਲਿਸ ਦੇ ਨਾਲ ਰਲ ਕੇ ਇਹ ਫੜਾ ਫੜਾਈ ਕੀਤੀ, ਕਿਉਂਕਿ ਅੱਜ ਤੁਹਾਡੇ ਵੱਲ ਨੂੰ ਆ ਗਏ। ਪਰ ਜਦੋਂ ਦੂਜਿਆਂ ਦੇ ਘਰਾਂ 'ਚ ਮਾਰਦੇ ਨੇ, ਫਿਰ ਆਪਾਂ ਕੀ ਕਰਦੇ ਹੁੰਦੇ ਹਾਂ? ਫਿਰ ਆਪਾਂ ਨੂੰ ਬਹੁਤ ਚੰਗੇ ਲੱਗਦੇ ਹੁੰਦੇ ਆ, ਉਹਨਾਂ ਨੂੰ ਆਪਾਂ ਸਰੂਪੇ ਦਿੰਦੇ ਹਾਂ, ਉਹਨਾਂ ਨੂੰ ਆਪਾਂ ਵਕੀਲ ਕਰਕੇ ਦਿੰਦੇ ਹਾਂ।
ਪਰ ਅੱਜ ਆ ਪ੍ਰੈਸ ਕਰਾਉਣ ਸਾਰੀ ਚੀਕਾਂ ਨਿਕਲੀਆਂ ਪਈਆਂ ਕਿਉਂਕਿ ਤੁਹਾਡੇ ਘਰਾਂ ਨੂੰ ਪੈ ਗਏ। ਜਦੋਂ ਆਪਾਂ ਇਹੋ ਜਿਹੀ ਸਿਖਲਾਈ ਦੇਵਾਂਗੇ ਜਿਹੜੇ ਬੰਬ ਚਲਾਏ ਨੇ, ਜਿਨ੍ਹਾਂ ਨੇ ਲੋਕਾਂ ਨੂੰ ਮਾਰਿਆ, ਗੋਲੀਆਂ ਚਲਾਈਆਂ, ਜਦੋਂ ਉਹਨਾਂ ਨੂੰ ਇਹ ਦਰਜੇ ਦੇਵਾਂਗੇ, ਇਹ ਸੋਚ ਲਓ ਇੱਕ ਵਾਰ, ਇਹ 'ਤੇ ਵਿਚਾਰ ਕਰ ਲਓ ਵੀ ਆਪਾਂ ਚੱਲਣਾ ਕਿੱਧਰ ਨੂੰ, ਆਪਾਂ ਚੱਲਣਾ ਕਿੱਧਰ ਨੂੰ। ਇਹ ਸੋਚ ਲਓ ਵੀ ਆਪਾਂ ਬੱਚਿਆਂ ਨੂੰ, ਆਪਣੇ ਸਿੱਖਾਂ ਦੇ ਬੱਚਿਆਂ ਨੂੰ, ਪੰਜਾਬੀਆਂ ਦੇ ਬੱਚਿਆਂ ਨੂੰ ਆਪਾਂ ਵੱਡੇ ਵੱਡੇ ਅਹੁਦਿਆਂ 'ਤੇ ਬਿਠਾਉਣਾ ਜਾਂ ਆਪਾਂ ਜੇਲ੍ਹਾਂ 'ਚ ਬਿਠਾਉਣਾ। ਇਹ ਫੈਸਲਾ ਨੌਜਵਾਨ ਨੂੰ ਤੁਸੀਂ ਵੀ ਕਰ ਲਓ ਵੀ ਇਹ ਥੋਤੋਂ ਕੀ ਕਰਾਉਣਾ ਚਾਹੁੰਦੇ ਆ ਅਤੇ ਕੀ ਨਹੀਂ ਕਰਾਉਣਾ ਚਾਹੁੰਦੇ। ਇਹਨਾਂ ਨੇ ਸਕੂਲ ਕਾਲਜ ਨਹੀਂ ਤੁਹਾਡੇ ਲਈ ਬਣਾਉਣੇ, ਇਹਨਾਂ ਨੇ ਗੁਰੂ ਦੇ ਰਾਹ 'ਤੇ ਨਹੀਂ ਤੁਹਾਨੂੰ ਦੁੱਖ ਪਾਉਣਾ, ਉਹ ਨਹੀਂ ਕਦੇ ਸਿੱਖਿਆ ਦੇਣੀ, ਉਹਦੇ ਲਈ ਕਦੇ ਕੋਈ ਪ੍ਰੈਸ ਕਾਨਫਰੰਸ ਨਹੀਂ ਇਹਨਾਂ ਵੱਲੋਂ, ਇਹ ਕਦੇ ਉਦਘਾਟਨ ਨਹੀਂ ਵੀ ਤੁਹਾਡੇ ਲਈ ਅਸੀਂ ਕੋਚਿੰਗ ਸੈਂਟਰ ਖੋਲ੍ਹਤੇ, ਤੁਹਾਡੇ ਲਈ ਅਸੀਂ ਸਪੋਰਟਸ ਕਾਲਜ ਖੋਲ੍ਹਤੇ, ਬਰਾਬਰ ਬਜਟ ਆ SGPC ਦਾ, ਇਹ ਨਹੀਂ ਕਦੇ ਕਰਦਾ ਇਹਨਾਂ ਨੇ, ਇਹਨਾਂ ਨੇ ਆਹ ਚੀਜ਼ਾਂ ਕਰਨੀਆਂ।